ਮੇਰੀ ਗੱਲ ਸੁਣ ਮਾਸੀ, ਇੱਧਰ ਇੱਧਰ ਮਾਸੀ ਗੱਲ ਸੁਣ, ਮਾਸੀ ਮਾਸੀ ਕਰਕੇ ਆਪਦੇ ਨਾਲ ਵੀ ਕਦੀ ਪੇਚਾ ਪਿਆ ਜ਼ਿੰਦਗੀ, ਜਿਵੇਂ ਸੱਸ ਕਪੱਤੀ, ਸੱਸ ਡਾਡੀ, ਅਕਸਰ ਪਿੰਡਾਂ 'ਚ ਕਰੈਕਟਰਸ ਪਾਏ ਜਾਂਦੇ ਆ। ਕੋਈ ਮੰਨ ਲਓ ਰਿਸ਼ਤੇਦਾਰੀ 'ਚ ਕੋਈ ਰਿਸ਼ਤੇਦਾਰ ਨਾਰਾਜ਼ ਹੋ ਕੇ ਚੱਲੀ ਹੈ, ਹੈ ਨਾ, ਉਹ ਵਿਆਹ ਦੇ ਵਿੱਚ ਸਿਆਪਾ ਪਾ ਕੇ ਚੱਲੀ ਹੈ, ਰੋਂਦੀ ਪਿੱਟਦੀ ਚੱਲੀ ਹੈ, ਭਾਵੇਂ ਘਰ ਦੇ ਉਸ ਵੇਲੇ ਗੁੱਸੇ ਹੋ ਜਾਣ, ਲੜ ਪੈਣ, ਮੈਨੂੰ ਉਹਨੂੰ ਸਮਝਾਉਣਾ ਆਉਂਦਾ। ਮੇਰੇ ਮਦਰ ਨੂੰ ਲੱਗਦਾ ਵੀ ਹੈਗਾ ਇੱਦਾਂ ਦਾ ਨੇਚਰ ਕਿ ਉਹ ਘੱਟ ਐਕਸਪ੍ਰੈਸਿਵ ਨੇ, ਬਟ ਜਦੋਂ ਬਹੁਤ ਜ਼ਿਆਦਾ ਵਾਲਾ ਲਾਡ ਆ ਰਿਹਾ ਹੁੰਦਾ ਨਾ ਕਦੇ ਕਦੇ ਤਾਂ ਕਹਿ ਦੇਣਾ ਕਿ ਤਾਂ ਮੈਨੂੰ ਬੜੀ ਪਿਆਰੀ ਲੱਗਦੀ ਹੈ। ਮੈਨੂੰ ਇੱਦਾਂ ਲੱਗਦਾ ਕਿ ਤੁਹਾਡੇ ਵਰਗੇ ਵੈਲ ਐਜੂਕੇਟਿਡ ਲੋਕ ਆਉਣੇ ਚਾਹੀਦੇ ਨੇ। ਕੋਈ ਨਹੀਂ, ਸਮਾਂ ਆਏਗਾ ਜਦੋਂ ਸਭ ਕੁਛ ਕਰਾਂਗੇ ਜੀ, ਕਿਉਂਕਿ ਕਹਿੰਦੇ ਹਮ ਅਭੀ ਸੇ ਕਿਆ ਬਤਾਏ ਕਿਆ ਹਮਾਰੇ ਦਿਲ ਮੇਂ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਪੰਜਾਬ 'ਚ ਜਦੋਂ ਵੀ ਸਿਨੇਮਾ, ਯੂਨੋ, ਕੋਈ ਫਿਲਮ ਸਪੈਸ਼ਲੀ ਬਣਦੀ ਹੈ, ਜਦੋਂ ਵੀ ਕੋਈ ਸਿਨੇਮਾ ਇੱਦਾਂ ਦਾ ਰਿਲੀਜ਼ ਹੁੰਦਾ ਜਿਹਨੂੰ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ, ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਤਾਂ ਲੋਕਾਂ ਦੀ ਐਕਸਪੈਕਟੇਸ਼ਨ ਐਂਡ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਇਹੋ ਜਿਹਾ ਸਿਨੇਮਾ ਦੁਬਾਰਾ ਫੇਰ ਤੋਂ ਸਾਨੂੰ ਦੇਖਣ ਨੂੰ ਮਿਲੇ, ਯਾਨੀ ਕਿ ਜਾਂ ਤਾਂ ਪਾਰਟ 2 ਬਣੇ ਜਾਂ ਉੱਦਾਂ ਦੀ ਕਾਸਟ ਦੁਬਾਰਾ ਕੋਈ ਨਾ ਕੋਈ ਅੱਛੀ ਸਕ੍ਰਿਪਟ, ਅੱਛਾ ਕੰਟੈਂਟ ਲੈ ਕੇ ਆਵੇ। ਨਹੀਂ, ਮੈਂ ਸੱਸ ਕੁੱਟਣੀ ਫਿਲਮ ਨੂੰ ਤੁਸੀਂ ਲਾਸਟ ਟਾਈਮ ਜੋ ਰਿਲੀਜ਼ ਹੋਈ ਸੀਗੀ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ, ਐਂਡ ਫਾਈਨਲੀ ਹੁਣ ਉਹ ਕਾਸਟ ਦੁਬਾਰਾ ਵਾਪਸ ਆ ਰਹੀ ਹੈ। ਨਹੀਂ, ਮੈਂ ਸੱਸ ਕੁੱਟਣੀ 2 ਫਿਲਮ ਲੈ ਕੇ ਮੇਰੇ ਨਾਲ ਤਨਵੀ ਨਾਗੀ ਐਂਡ ਗੁਰਪ੍ਰੀਤ ਘੁੱਗੇ ਭਾਅ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ, ਗ੍ਰੇਟ। ਜਿਵੇਂ ਚਾਮਨੈਸ ਹਰ ਇੱਕ ਦੇ ਚਿਹਰੇ 'ਤੇ, ਇੱਥੇ ਮੈਂ ਟੀਮ ਨਾਲ ਕੋਡੀ ਦੇਖ ਰਿਹਾ ਨਾ ਕਿੰਨੇ ਟਾਈਮ ਤੋਂ, ਅਤੇ ਹਰ ਇੱਕ ਦੇ ਚਿਹਰੇ 'ਤੇ ਮੁਸਕਾਨ ਆ, ਲਾਈਕ ਇੱਕ ਕੌਨਫੀਡੈਂਟ ਵਾਲੀ ਮੁਸਕਾਨ ਆ ਕਿ ਇੱਕ ਅੱਛਾ ਸਬਜੈਕਟ ਆ ਰਿਹਾ। ਇਵੇਂ ਦੀ ਹੀ ਮੁਸਕਾਨ ਵਿਊਅਰਸ ਵਿੱਚ ਜਾਂ ਲੋਕਾਂ ਵਿੱਚ ਹੈਗੀ ਆ, ਯੂਨੋ, ਥੋੜ੍ਹਾ ਜਿਹਾ ਜਿਵੇਂ ਜਿਵੇਂ ਤੁਹਾਡਾ ਕੰਟੈਂਟ ਸ਼ੇਅਰ ਹੁੰਦਾ ਆ। ਤੁਸੀਂ ਆਪ ਕਿੰਨੇ ਕੁ ਇਸ ਸੀਕੁਅਲ ਵਾਸਤੇ ਐਕਸਾਈਟਿਡ ਸੀਗੇ ਉਦੋਂ ਤੋਂ ਹੀ ਜਦੋਂ ਤੋਂ ਇਹ ਸੀਕੁਅਲ ਹਿੱਟ ਹੋਇਆ? ਯੈਸ, ਆਫ ਕੋਰਸ, ਜਦੋਂ ਸਾਨੂੰ ਇੰਨਾ ਪਿਆਰ ਮਿਲਿਆ, ਅਨਐਕਸਪੈਕਟਿਡ ਲਵ ਰਿਸੀਵ ਹੋਇਆ, ਤਾਂ ਅਸੀਂ ਤਾਂ ਉਸ ਦਿਨ ਤੋਂ ਐਕਸਾਈਟਿਡ ਹਾਂ ਕਿ ਪਾਰਟ 2, ਜਿਹੜਾ ਮੇਰਾ ਐਂਡ ਵਾਲਾ ਜਿਹੜਾ ਸੀਨ ਸੀਗਾ ਜਿਹਦੇ 'ਚ ਮੈਂ ਕਹਿੰਦੀ ਹਾਂ ਨਹੀਂ ਮੈਂ ਆ ਗਈ, ਉਹਦੇ 'ਚ ਵੀ ਅਸੀਂ ਰਿਵੀਲ ਕੀਤਾ ਸੀਗਾ ਕਿ ਨਹੀਂ ਮੈਂ ਸੱਸ ਕੁੱਟਣੀ 2 ਪਾਰਟ ਆਏਗਾ ਬਹੁਤ ਜਲਦੀ। ਸੋ ਉਦੋਂ ਤੋਂ ਹੀ ਲੋਕਾਂ 'ਚ ਵੀ ਐਕਸਾਈਟਮੈਂਟ ਹੈ, ਅਤੇ ਸਾਨੂੰ ਤਾਂ ਹੈ ਹੀ ਓਬਵੀਅਸਲੀ, ਐਂਡ ਲੱਕੀਲੀ ਫਿਲਮ ਰਿਲੀਜ਼ ਹੋ ਰਹੀ ਹੈ 7 ਜੂਨ ਨੂੰ, ਸੋ ਅਸੀਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਜੀ। ਜ਼ਰੂਰ, ਮੈਂ ਤੁਹਾਡੇ 'ਚ ਵਰਡਸ ਜਾਣਨੇ ਚਾਹੂੰਗਾ, ਬਿਕੋਜ਼ ਤੁਹਾਨੂੰ ਸੁਣਨ ਦੀ ਬੜੀ ਜ਼ਿਆਦਾ ਇੱਕ ਉਹ ਰਹਿੰਦੀ ਹੈ ਕਿ ਘੁੱਗੀ ਭਾਈ ਜਦੋਂ ਬੋਲਦੇ ਆ ਤਾਂ ਕੁਛ ਨਾ ਕੁਛ ਨਾ ਇੱਕ ਹੁੰਦਾ ਹੈ। ਮੇਰੀ ਵਾਈਫ ਨੂੰ ਨਹੀਂ ਹੈਗਾ। ਨਹੀਂ ਭਾਈ, ਜ਼ਰੂਰ ਦੱਸੋ। ਜਸਟ ਕਿਡਿੰਗ, ਉਹਨਾਂ ਕੋਲ ਰਿਹਰਸਲ ਕਰਕੇ ਆਉਣਾ ਮੈਂ। ਅਸਲ ਦੇ ਵਿੱਚ ਕੀ ਹੈ ਕਿ ਦੇਖੋ, ਜਿੱਦਾਂ ਤੁਸੀਂ ਆਪ ਹੀ ਕਿਹਾ ਨਾ ਕਿ ਪਾਰਟ 2 ਉਦੋਂ ਹੀ ਬਣਦਾ ਜਦੋਂ ਪਹਿਲੀ ਨੂੰ ਮੁਹੱਬਤ ਮਿਲੀ ਹੋਵੇ, ਵਰਨਾ ਬੰਦਾ ਤਾਂ ਉੱਧਰ ਪੋਸਟਰ ਨਹੀਂ ਵੇਖਦਾ ਉਸ ਫਿਲਮ ਵੱਲ, ਜਿਹੜੇ ਆਪਣਾ ਬੰਦਾ ਕਹਿੰਦਾ ਪਰੇ ਲੈ ਜਾ ਯਾਰ ਇਹ ਚੱਲੀ ਨਹੀਂ ਸੀ। ਅਤੇ ਪ੍ਰੋਡਿਊਸਰ ਨੂੰ ਵੀ ਉਤਸ਼ਾਹ ਉਦੋਂ ਮਿਲਦਾ ਜਦੋਂ ਉਹਨੂੰ ਇੱਕ ਠੀਕ ਠਾਕ ਬਿਜ਼ਨਸ ਮਿਲਿਆ ਹੋਵੇ ਫਿਲਮ 'ਚੋਂ। ਐਪਰੀਸੀਏਸ਼ਨ ਬਿਜ਼ਨਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਐਪਰੀਸੀਏਸ਼ਨ ਮਿਲੀ ਹੋਵੇ, ਆਰਟਿਸਟ ਵੀ ਦੂਜੀ ਵਾਰੀ ਕਿਸੇ ਦੂਜੇ ਪਾਰਟ ਦਾ ਤਾਂ ਹਿੱਸਾ ਬਣਦਾ ਜਦੋਂ ਉਹਨੂੰ ਪਤਾ ਲੱਗੇ ਕਿ ਪਹਿਲੇ 'ਚ ਐਪਰੀਸ਼ੀਏਟ ਹੋਏ ਸਾਂ, ਨਹੀਂ ਤਾਂ ਅਗਲਾ ਕਹਿੰਦਾ ਯਾਰ ਪਹਿਲਾਂ ਵੀ ਉਠਾਏਗਾ ਕੀ ਕਰਨਾ, ਕੋਈ ਹੋਰ ਫਿਲਮ ਕਰ ਲਾਂਗੇ। ਇਹ ਪੂਰੀ ਟੀਮ ਹੀ ਇੰਨੀ ਐਂਥਿਊ ਦੇ ਵਿੱਚ ਸੀ, ਇੰਨੇ ਜਜ਼ਬੇ ਦੇ ਵਿੱਚ ਸੀ ਕਿ ਯਾਰ, ਕਿਉਂਕਿ ਤੁਸੀਂ ਇੱਕ ਗੱਲ ਮੰਨੋ ਸਾਹਿਲ, ਕਿ ਜਿੱਦਾਂ ਲਾਈਟ ਹਾਰਟਡ ਮੂਵੀਜ਼ ਨੇ ਨਾ, ਉਹਦੀ ਐਗਜ਼ਾਮਪਲ ਹੈ ਲਾਮਾ ਫੇਰੇ, ਜਿੱਦਾਂ ਸਾਡੀ ਆਈ ਸੀ, ਬਹੁਤ ਪਿਆਰੀ, ਨਹੀਂ ਮੈਂ ਸੱਸ ਕੁੱਟਣੀ, ਹੈ ਨਾ, ਹੁਣ ਸੱਸ ਕੁੱਟਣੀ 2 ਇੱਕ ਘਰੇਲੂ ਸਿਨੇਮਾ ਹੈ। ਜਿੱਦਾਂ ਇਹ ਕੋਈ ਇਹ ਨਹੀਂ ਕਹਿੰਦਾ ਸਟੇਟ ਆਫ ਆਰਟ, ਹੈ ਨਾ, ਬਣਾਇਆ, ਹਾਂ, ਇਹ ਸਟੇਟ ਆਫ ਆਰਟ ਵਾਲੀ ਗੱਲ ਨਹੀਂ ਹੈ, ਇਹ ਫੋਕਲੋਰ ਦੀ ਗੱਲ ਹੈ। ਸਿਨੇਮੇ 'ਚ ਵੀ ਇੱਕ ਫੋਕਲੋਰ ਹੁੰਦਾ, ਸੋ ਇਹ ਫੋਕਲੋਰ ਹੈ, ਸਮਾਜ ਦੀ ਗੱਲ ਹੈ, ਸਾਡੀ ਗੱਲ ਹੈ,
ਖਾਸੀਅਤ ਇਹ ਹੁੰਦੀ ਹੈ ਕਿ ਤੁਸੀਂ ਆਮ ਗੱਲ ਕਰਦੇ ਕਰਦੇ ਵਿੱਚ ਇੱਕ ਖਾਸ ਗੱਲ ਲੋਕਾਂ ਨੂੰ ਪਰੋਸ ਦਿੰਦੇ ਹੋ ਜਿਹੜੀ ਸੁਸਾਇਟੀ 'ਤੇ ਇੱਕ ਇੰਜੈਕਸ਼ਨ ਵਾਂਗੂ ਕੰਮ ਕਰਦੀ ਹੈ। ਜਿੱਦਾਂ ਬੱਚੇ ਨੂੰ ਗੱਲਾਂ 'ਚ ਲਾ ਲਾ ਕੇ ਟੋਫੀ ਦੇ ਕੇ ਟੀਕਾ ਲਾਉਣਾ ਹੁੰਦਾ ਨਾ, ਸੋ ਇੱਦਾਂ ਦੀਆਂ ਫਿਲਮਾਂ ਟੋਫੀਆਂ ਖਵਾ ਕੇ ਟੀਕੇ ਲਾਉਂਦੀਆਂ। ਯੈਸ, ਐਂਡ ਤਨਵੀ ਮਾਡਲਿੰਗ ਐਂਡ ਯੂ ਨੋ ਕਾਫੀ ਲੰਬਾ ਸਟਰਗਲ ਰਿਹਾ ਜੀ, ਅਸੀਂ ਦੇਖੀਏ ਨਾ ਤੁਹਾਡੀ ਲਾਈਫ ਦਾ, ਲਾਈਕ ਵੈਡਿੰਗ ਤੋਂ ਬਾਅਦ ਕਿਤੇ ਨਾ ਕਿਤੇ ਥੋੜ੍ਹੀ ਲਾਈਫ ਚੇਂਜ ਹੋਈ, ਉਸ ਤੋਂ ਪਹਿਲਾਂ ਵੀ ਚੇਂਜ ਸੀਗੀ ਕਿਉਂਕਿ ਸਿਨੇਮਾ ਨਾਲ ਤੁਸੀਂ ਕਾਫੀ ਜੁੜੇ ਰਹੇ, ਹੈ ਨਾ, ਬਟ ਤੁਹਾਨੂੰ ਲੱਗਦਾ ਇਹ ਚੀਜ਼ ਕਿ ਆਪਦੇ ਪ੍ਰੋਡਕਸ਼ਨ ਹਾਊਸ 'ਚ ਕੰਮ ਕਰਨਾ ਰਾਦਰ ਦੈਨ, ਜਾਂ ਜਦੋਂ ਯੂ ਨੋ ਸਪੋਰਟ ਨਹੀਂ ਸੀਗੀ ਹਸਬੈਂਡ ਦੀ, ਜਾਂ ਜਦੋਂ ਲਾਈਫ ਦਾ ਸਟਰਗਲ ਉਸ ਫੇਜ਼ ਦਾ ਚੱਲ ਰਿਹਾ ਸੀਗਾ ਕਿ ਜਦੋਂ ਹਰ ਕੋਈ ਇਨਸਾਨ ਪਬਲਿਸ਼ ਹੋਣਾ ਸ਼ੁਰੂ ਹੋਇਆ ਸੀਗਾ, ਲੋਕ ਚਾਹੁੰਦੇ ਸੀਗੇ ਕਿ ਸਾਡੇ ਕੋਲ ਉਸ ਟਾਈਮ ਅਗਰ ਪ੍ਰੋਜੈਕਟਸ ਫਿਲਮਸ ਅੱਛੀਆਂ ਆਉਂਦੀਆਂ, ਲੋਕ ਅੱਛੇ ਮਿਲਦੇ, ਤਾਂ ਮੇ ਬੀ ਸ਼ਾਇਦ ਸਾਡਾ ਕਰੀਅਰ, ਸਾਡਾ ਗ੍ਰਾਫ ਹੋਰ ਕਿਤੇ ਜ਼ਿਆਦਾ ਇਹਦੇ ਨਾਲੋਂ ਹੋਰ ਜ਼ਿਆਦਾ ਬੈਸਟ ਹੁੰਦਾ। ਤੁਸੀਂ ਆਫਟਰ ਵੈਡਿੰਗ ਇਹ ਚੀਜ਼ ਫੀਲ ਕਰਦੇ ਹੋ ਕਿ ਯੂ ਨੋ ਕਿਤੇ ਨਾ ਕਿਤੇ ਸਟਰਗਲ ਤਾਂ ਲੰਬਾ ਰਿਹਾ ਹੈਗਾ, ਬਟ ਸਕਸੈਸ ਥੋੜ੍ਹੀ 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 ਮੇਰੇ ਹਿੱਸੇ ਲੇਟ ਆਈ ਹੈ। ਦੇਖੋ ਮੈਂ ਇਸ ਚੀਜ਼ 'ਚ ਬਹੁਤ ਫਰਮ ਬਿਲੀਵਰ ਹਾਂ ਕਿ ਕੰਮ ਚਾਹੇ ਘੱਟ ਕਰੋ, ਕੁਆਲਿਟੀ ਵਾਲਾ ਕਰੋ। ਅਤੇ ਜਿਵੇਂ ਤੁਸੀਂ ਗੱਲ ਕੀਤੀ ਸਟਰਗਲ ਵਾਲਾ ਜਿਹੜਾ ਪੀਰੀਅਡ ਸੀਗਾ, ਨੋ ਡਾਊਟ ਤੁਹਾਡੇ ਕੋਲ ਜਦੋਂ ਤੁਸੀਂ ਇੱਕ ਸਕਸੈਸ ਵਾਲਾ ਜਦੋਂ ਤੁਹਾਡੀ ਜਰਨੀ ਸ਼ੁਰੂ ਹੁੰਦੀ ਹੈ, ਤੁਹਾਨੂੰ ਔਫਰਸ ਆਉਂਦੇ ਨੇ, ਓਪਰਚੁਨਿਟੀਜ਼ ਆਉਂਦੀਆਂ ਨੇ। ਜਦੋਂ ਮੈਂ ਸੌਂਗਸ ਕਰਦੀ ਸੀ, ਵੀਡੀਓਜ਼ 'ਚ ਐਕਟ ਕਰਦੀ ਸੀ, ਉਦੋਂ ਵੀ ਮੈਨੂੰ ਬਹੁਤ ਪਿਆਰ ਮਿਲਿਆ, ਐਂਡ ਨੋ ਡਾਊਟ ਉਦੋਂ ਵੀ ਔਫਰਸ ਆਉਂਦੇ ਸੀ ਫਿਲਮਸ ਦੇ। ਬਟ ਮੈਂ ਸ਼ੁਰੂ ਤੋਂ ਬਹੁਤ ਚੂਜ਼ੀ ਰਹੀ ਹਾਂ ਕੁਝ ਚੀਜ਼ਾਂ ਨੂੰ ਲੈ ਕੇ ਕਿ ਅਗਰ ਮੈਂ ਫਿਲਮ ਕਰੂੰਗੀ ਤਾਂ ਉਹਦੇ 'ਚ ਮੇਰਾ ਜਿਹੜਾ ਕੈਰੈਕਟਰ ਹੈ ਉਹ ਬਹੁਤ ਲਾਈਕ ਇਹ ਨਹੀਂ, ਮੈਂ ਆਈ ਕੈਂਡੀ ਨਹੀਂ ਬਣਨਾ ਚਾਹੁੰਦੀ ਕਿ ਜਿਵੇਂ ਪਹਿਲੇ, ਜਿਵੇਂ ਸਭ ਵੀ ਸਹਿਮਤ ਹੋਣਗੇ ਮੇਰੀ ਇਸ ਗੱਲ ਨਾਲ ਕਿ ਹੀਰੋਇਨਸ ਨੂੰ ਯੂਜਲੀ ਇੱਕ ਆਈ ਕੈਂਡੀ ਦੇ ਵਾਂਗ ਟ੍ਰੀਟ ਕੀਤਾ ਜਾਂਦਾ ਸੀਗਾ ਕਿ ਇੱਕ ਜਿਹੜਾ ਰੋਮਾਂਸ ਵਾਲਾ ਐਂਗਲ ਦਿਖਾਤਾ ਜਾਂ ਇੱਕ ਗਲੈਮਰ ਵਾਲਾ ਐਂਗਲ ਦਿਖਾਤਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਚੀਜ਼ਾਂ ਮੈਨੂੰ ਐਕਸੈਪਟੇਬਲ ਬਿਲਕੁਲ ਵੀ ਨਹੀਂ ਸੀ। ਆਈ ਵਾਜ਼ ਲਾਈਕ ਕਿ ਠੀਕ ਹੈ ਮੈਂ ਕੰਮ ਕਰੂੰਗੀ, ਚਾਹੇ ਘੱਟ ਕਰੂੰਗੀ ਬਟ ਕੁਆਲਿਟੀ ਵਾਲਾ ਕਰੂੰਗੀ। ਐਂਡ ਮੋਰ ਓਵਰ ਰਹੀ ਗੱਲ ਨਹੀਂ, ਮੈਂ ਸੱਸ ਕੁੱਟਣੀ ਟਾਈਟਲ ਦੀ, ਸੋ ਉਹ ਵੈਡਿੰਗ ਤੋਂ ਪਹਿਲੇ ਹੀ ਪਲਾਨ ਹੋ ਰਹੀਆਂ ਸੀ। ਇਟਸ ਨੋਟ ਲਾਈਕ ਕਿ ਵੈਡਿੰਗ ਤੋਂ ਬਾਅਦ ਹੋਈ ਜਾਂ ਯੂ ਨੋ ਜੀ, ਚੇਂਜ ਤਾਂ ਬਿਲਕੁਲ ਬਿਲਕੁਲ ਚੇਂਜ ਆਇਆ। ਮੋਰ ਓਵਰ ਇੰਡਸਟਰੀ 'ਚ ਹੀ ਇੰਨਾ ਚੇਂਜ ਆ ਗਿਆ, ਟ੍ਰੈਂਡਸ ਚੇਂਜ ਹੋ ਗਏ, ਸਬਜੈਕਟਸ ਚੇਂਜ ਹੋ ਗਏ। ਐਂਡ ਮੋਰ ਓਵਰ ਆਈ ਐਮ ਸੋ ਬਲੈਸਡ ਐਂਡ ਪ੍ਰਾਊਡ ਕਿ ਨਹੀਂ ਮੈਂ ਸੱਸ ਕੁੱਟਣੀ ਇੱਕ ਟ੍ਰੈਂਡ ਸੈਟਰ ਫਿਲਮ ਰਹੀ ਹੈ। ਉਸ ਤੋਂ ਬਾਅਦ ਵਿਮਨ ਓਰੀਐਂਟਡ ਫਿਲਮਸ ਬਣਨੀਆਂ ਸ਼ੁਰੂ ਹੋਈਆਂ, ਅਤੇ ਮੈਂ ਵਾਹਿਗੁਰੂ ਦੀ ਥੈਂਕਫੁਲ ਹਾਂ ਬਹੁਤ ਜ਼ਿਆਦਾ ਕਿ ਮੈਨੂੰ ਇਸ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ, ਓਪਰਚੁਨਿਟੀ ਮਿਲੀ, ਐਂਡ ਅੱਗੇ ਵੀ ਇੱਦਾਂ ਦੇ ਹੀ ਵਧੀਆ ਵਧੀਆ ਕੈਰੈਕਟਰਸ ਮਿਲਦੇ ਰਹਿਣ ਜੀ। ਕੁੱਗੀ ਭਾਅ ਜੀ, ਤੁਹਾਡੇ ਨਾਲ ਜਦੋਂ ਗੱਲ ਹੁੰਦੀ ਹੈ ਨਾ, ਮੈਨੂੰ ਇੱਦਾਂ ਲੱਗਦਾ ਕਿ ਨਾ ਬੜੀ ਹਾਰਟ ਟੂ ਹਾਰਟ ਕਨਵਰਸੇਸ਼ਨ ਮੈਂ ਫੀਲ ਕਰ ਪਾਉਂਦਾ ਤੁਹਾਡੇ ਨਾਲ, ਸਪੈਸ਼ਲੀ ਜਦੋਂ ਵੀ ਤੁਹਾਡੇ ਨਾਲ ਡਿਊਰਿੰਗ ਦਾ ਪ੍ਰਮੋਸ਼ਨ ਕਿਸੇ ਵੀ ਟਾਈਮ ਨਾਲ ਮਿਲਦਾ। ਮੇਰਾ ਕੁਐਸਚਨ ਤੁਹਾਡੇ ਨਾਲ ਇਹ ਆ ਭਾਅ ਜੀ, ਜਿਹੜੀ ਸਕਸੈਸ ਫਿਲਮ ਨੂੰ ਮਿਲਦੀ ਆ ਜਾਂ ਸਕਸੈਸ ਜਿਹੜੇ ਗ੍ਰਾਫ ਨੂੰ ਮਿਲਦੀ ਆ, ਉਸ ਕਰੈਕਟਰ ਨੂੰ ਮਿਲਦੀ ਆ, ਆਰਟਿਸਟ ਨੂੰ ਵੀ ਸਕਸੈਸ ਮਿਲਦੀ ਆ ਉਹ ਉਹ ਉਸ ਕੰਟੈਂਟ ਦੇ ਥਰੂ, ਉਸ ਫਿਲਮ ਦੇ ਥਰੂ, ਆਰਟਿਸਟ ਦੇ ਹਿੱਸੇ 'ਚ ਵੀ ਕੁਛ ਚੇਂਜ ਆਉਂਦਾ ਤੁਸੀਂ? ਬਿਲਕੁਲ ਜੀ, ਕਿਉਂਕਿ ਜਿਹੜਾ ਵੀ ਕੰਟੈਂਟ ਸੀਗਾ ਉਹ ਜੋ ਵੀ ਸੀਗਾ ਡਿਲੀਵਰ ਤਾਂ ਇਹਦੇ ਥਰੂ ਹੋਇਆ ਨਾ, ਸੋ ਇਹ ਡਿਲੀਵਰੀ ਮੈਨ ਤਾਂ ਇਹੀ ਹੈ, ਹੈ ਨਾ। ਸੋ ਇਹ ਡੈਫੀਨੇਟਲੀ ਇਹਦੇ ਵਿੱਚ ਇਹਦੀ ਪ੍ਰਮੋਸ਼ਨ ਅਹਿਮੀਅਤ ਪੈਂਦੀ, ਬਿਲਕੁਲ ਅਹਿਮੀਅਤ ਆਰਟਿਸਟ ਦੀ ਹੁੰਦੀ ਹੈ, ਪਹਿਲੀ ਅਹਿਮੀਅਤ ਆਰਟਿਸਟ ਦੀ ਹੁੰਦੀ ਹੈ। ਜਿਹੜੀ ਬਾਅਦ 'ਚ ਹੈ ਨਾ ਦੂਜੀ ਜਿਹੜੀ ਸਕਸੈਸ ਹੈ ਉਹ ਤਾਂ ਬਾਅਦ 'ਚ ਗਿਣੀ ਜਾਣੀ ਹੈ, ਠੀਕ ਹੈ। ਉਹਦੇ ਡਾਟਾਸ ਸਟੈਟਿਸਟਿਕਸ ਬਾਅਦ 'ਚ ਦੇਖੇ ਜਾਣਗੇ, ਉਹ ਬਾਅਦ 'ਚ ਸਾਰਾ ਸਿਸਟਮ ਆਏਗਾ। ਆਰਟਿਸਟ ਦੀ ਤਾਂ ਬਾਹਰ ਨਿਕਲ ਕੇ ਹੀ, ਜੇ ਬੁਰਾ ਹੈ ਤਾਂ ਉਹਦੀ ਬੁਰਾਈ ਹੈ, ਅਤੇ ਸਿਨੇਮੇ 'ਚ ਬਾਹਰ ਨਿਕਲਦੇ ਹਾਂ ਜੇ ਉਹ ਅੱਛਾ ਹੈ ਤਾਂ ਉਹਦੀ ਐਪਰੀਸੀਏਸ਼ਨ ਹੈ। ਸੋ ਇੰਸਟੈਂਟ ਰਿਜ਼ਲਟ ਜਿਹੜਾ ਉਹ ਆਰਟਿਸਟ ਵਾਸਤੇ ਹੀ ਹੁੰਦਾ, ਔਰ ਉਹ ਲੋਕਾਂ ਨੂੰ ਜਦੋਂ ਵੱਡਾ ਲੱਗਣ ਲੱਗ ਜਾਂਦਾ ਨਾ, ਔਰ ਮਜ਼ੇ ਦੀ ਗੱਲ ਇਹ ਹੈ ਕਿ ਕਈ ਵਾਰੀ ਫਿਲਮ ਦੇਖਦੇ ਦੇਖਦੇ ਲੋਕ ਬੈਠੇ ਆਪਸ 'ਚ ਕਹਿ ਦਿੰਦੇ, ਕਹਿੰਦੇ ਆਹ ਬੰਦੇ ਦਾ ਰੇਟ ਵੱਧ ਗਿਆ ਅੱਜ ਤੋਂ ਬਾਅਦ, ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਵੀ ਹੁਣ ਪ੍ਰਾਈਜ਼ ਆਪਣਾ ਚੱਕ ਲਏਗਾ, ਇਹ ਨੈਕਸਟ ਲੈਵਲ ਲੈ ਗਿਆ, ਠੀਕ ਹੈ ਨਾ। ਇਹ ਐਕਟਰ ਦੀ ਕਮਾਈ
ਹੁੰਦੀ ਹੈ ਕਿ ਉਹਨੇ ਪ੍ਰੂਵ ਕੀਤਾ ਕਿ ਮੈਂ ਡਿਜ਼ਰਵ ਕਰਦਾ। ਆਪਦੇ ਨਾਲ ਵੀ ਕਦੀ ਪੇਚਾ ਪਿਆ ਜ਼ਿੰਦਗੀ 'ਚ, ਕਿਉਂਕਿ ਕੰਟੈਂਟ ਇੱਦਾਂ ਦਾ ਹੈਗਾ ਜਿਵੇਂ ਸੱਸ ਕਪੱਤੀ, ਸੱਸ ਡਾਢੀ, ਅਕਸਰ ਪਿੰਡਾਂ 'ਚ ਕਰੈਕਟਰਸ ਪਾਏ ਜਾਂਦੇ ਆ, ਮੇਰੇ ਖਿਆਲ ਤਾਂ ਹੀ ਇਹ ਯੂ ਨੋ ਰੀਅਲ ਕਰੈਕਟਰ ਬਣਿਆ, ਹੈ ਨਾ, ਕਿਤੇ ਨਾ ਕਿਤੇ ਓਬਜ਼ਰਵ ਹੋਇਆ ਹੋਏਗਾ। ਤੁਹਾਡੀ ਜ਼ਿੰਦਗੀ 'ਚ ਕਦੀ ਇੱਦਾਂ ਦਾ ਕੋਈ ਪੇਚਾ ਪਿਆ ਵੀ, ਕਿਉਂਕਿ ਆਮ ਪਿੰਡਾਂ ਦੇ ਲੋਕ ਤਾਂ ਅਕਸਰ ਪੇਚਾ ਪੈਂਦਾ ਹੀ ਰਹਿੰਦਾ ਆ ਵੀ ਕਿਸੇ ਡਾਢੀ ਔਰਤ ਨਾਲ, ਡਾਢੀ ਲੇਡੀ ਨਾਲ, ਜਿਹੜੀ ਮਤਲਬ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਬੋਲਦੇ ਰਹਿਣਾ, ਜਾਂ ਕੁਛ ਹੈ ਤੁਹਾਡੀ ਨਜ਼ਦੀਕ ਕਿੱਸਾ ਇੱਦਾਂ ਦਾ? ਇਹ ਬੜੀ ਕਾਮਨ ਜੀ ਗੱਲ ਹੈ, ਸਭ ਨਾਲ ਹੋ ਜਾਂਦਾ, ਕੁਛ ਵੀ ਹੁੰਦਾ, ਬਟ ਮੇਰੀ ਇੱਕ ਜਿਹੜੀ ਮੈਨੂੰ ਲੱਗਦਾ ਕੁਦਰਤ ਨੇ ਸਭ ਤੋਂ ਖੂਬਸੂਰਤ ਚੀਜ਼ ਦਿੱਤੀ ਹੈ ਕਿ ਮੈਨੂੰ ਚੀਜ਼ਾਂ ਨੂੰ ਟੈਕਲ ਕਰਨਾ ਬੜਾ ਵਧੀਆ ਹੁੰਦਾ। ਕਦੇ ਕੋਈ ਇੱਦਾਂ ਦੀ ਸਿਚੁਏਸ਼ਨ ਬਣ ਵੀ ਜਾਵੇ, ਕੋਈ ਮੰਨ ਲਓ ਰਿਸ਼ਤੇਦਾਰੀ 'ਚ ਕੋਈ ਰਿਸ਼ਤੇਦਾਰ ਨਾਰਾਜ਼ ਹੋ ਕੇ ਚੱਲੀ ਹੈ, ਹੈ ਨਾ, ਉਹ ਵਿਆਹ ਦੇ ਵਿੱਚ ਸਿਆਪਾ ਪਾ ਕੇ ਚੱਲੀ ਹੈ, ਰੋਂਦੀ ਪਿੱਟਦੀ ਚੱਲੀ ਹੈ, ਭਾਵੇਂ ਘਰ ਦੇ ਉਸ ਵੇਲੇ ਗੁੱਸੇ ਹੋ ਜਾਣ, ਲੜ ਪੈਣ, ਮੈਨੂੰ ਉਹਨੂੰ ਸਮਝਾਉਣਾ ਆਉਂਦਾ, ਮੇਰੀ ਗੱਲ ਸੁਣ ਮਾਸੀ, ਇੱਧਰ ਆ, ਇੱਧਰ ਮਾਸੀ ਗੱਲ ਸੁਣ, ਮਾਸੀ ਮਾਸੀ ਕਰਕੇ ਅੰਦਰ ਲਿਜਾ ਕੇ ਮੈਨੂੰ ਟੈਕਲ ਕਰਨਾ ਆਉਂਦਾ, ਅਤੇ ਅੰਦਰ ਬਾਹਰ ਨਿਕਲਦੀ ਜੇ ਗਿੱਧਾ ਨਾ ਪਾਉਣ ਲੱਗ ਜੇ ਤਾਂ ਗੱਲ ਕਰੇ। ਮੈਨੂੰ ਸਾਰੀ ਖੇਡ ਤਾਂ ਸ਼ਬਦਾਂ ਦੀ ਹੁੰਦੀ, ਸ਼ਬਦਾਂ ਦੀ ਹੁੰਦੀ। ਹਾਂ, ਐਂਡ ਤਨਵੀ, ਸੱਸ ਕਿਵੇਂ ਦੀ ਹੁਣ ਰੀਅਲ ਵਾਲੀ ਫਿਲਮ ਵਾਲੀ? ਰੀਅਲ ਸੱਸ, ਰੀਅਲ ਸੱਸ ਵੀ ਕੈਂਟ ਵਧੀਆ ਜੀ, ਬਿਲਕੁਲ। ਤੇ ਮੈਨੂੰ ਜਦੋਂ ਫਿਲਮ ਏਦਾਂ ਦੀ ਤੁਸੀਂ ਬਣਾਈ, ਹੈ ਨਾ, ਜਦੋਂ ਸੱਸ ਨੂੰ ਸਪੈਸ਼ਲੀ ਲੈ ਕੇ ਗਏ ਫਿਲਮ ਦਿਖਾਈ, ਹੈ ਨਾ, ਤਾਂ ਕਿਤੇ ਨਾ ਕਿਤੇ ਤੁਹਾਡੇ ਦਿਲ 'ਚ ਆਇਆ ਸੀਗਾ ਕਿ ਸ਼ੁਕਰ ਆ ਰੱਬਾ, ਇਹ ਰਿਐਲਿਟੀ ਨਹੀਂ ਹੈ, ਮੇਰੀ ਸੱਸ ਚੰਗਾ ਸ਼ੁਕਰ ਆ ਵੀ ਮੈਨੂੰ ਸਪੋਰਟ ਕਰਦੀ ਆ, ਵਧੀਆ ਆ, ਕਿਉਂਕਿ ਕੰਟੈਂਟ ਦੇ ਨਾਲ ਅਸੀਂ ਆਪਣੀ ਫੈਮਿਲੀ 'ਚ, ਲਾਈਫ 'ਚ ਫੀਲ ਕਰਦੇ ਹਾਂ ਆਟੋਮੈਟਿਕਲੀ, ਹਿਊਮਨ ਨੇਚਰ ਆ, ਹਿਊਮਨ ਫੀਲ ਆ। ਬਿਲਕੁਲ, ਐਜ਼ ਐਨ ਐਕਟਰ ਜਦੋਂ ਆਪਾਂ ਕੋਈ ਵੀ ਕਰੈਕਟਰ ਪਲੇ ਕਰਦੇ ਹਾਂ ਤਾਂ ਇਹ ਚੀਜ਼ ਤਾਂ ਹਮੇਸ਼ਾ ਹੀ ਜ਼ਿਹਨ 'ਚ ਆਉਂਦੀ ਹੈ ਕਿ ਥੈਂਕ ਗੋਡ ਕਿ ਮੇਰੀ ਸੱਸ ਇਹੋ ਜਿਹੀ ਹੈ। ਡੈਫੀਨੇਟਲੀ ਕੁੜੀਆਂ ਲਈ ਤਾਂ ਸਪੈਸ਼ਲੀ, ਜਾਂ ਸੱਸਾਂ ਲਈ ਵੀ, ਦੋਨੋਂ ਪਾਰਟ ਤੇ ਗੱਲ ਕਰਦੇ ਹਾਂ, ਸੱਸ ਨੇ ਵੀ ਕਿਤੇ ਨਾ ਕਿਤੇ ਵਿੱਚ ਗੱਲਬਾਤ ਤਾਂ ਹੋਈ ਨਹੀਂ, ਸੱਸ ਨੇ ਵੀ ਕਿਤੇ ਨਾ ਕਿਤੇ ਇਹ ਚੀਜ਼ ਸੋਚੀ ਕਿ ਸ਼ੁਕਰ ਹੈ ਮੇਰੀ ਨੂੰਹ ਐਵੇਂ ਦੀ ਨਹੀਂ ਹੈਗੀ। ਓਬਵੀਅਸਲੀ ਭਾਜੀ, ਇਹ ਬੜੀ ਵੱਡੀ ਬਲੈਸਿੰਗ ਹੈ, ਜੇ ਤੁਹਾਡੇ ਨਾਲ ਕੋਈ ਤੁਹਾਡਾ ਜੀ ਚੰਗਾ ਜੁੜਿਆ ਨਾ, ਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਬਲੈਸਿੰਗ ਹੈ। ਜੇ ਉਹ ਇੱਕ ਜੀ ਘਰ 'ਚ ਮਾੜਾ ਆ ਗਿਆ, ਜਾਂ ਤੁਸੀਂ ਕਿਸੇ ਮਾੜੇ ਜੀ ਕੋਲ ਚਲੇ ਗਏ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਠੀਕ ਹੈ ਨਾ। ਯੈਸ, ਐਂਡ ਲਾਸਟ ਕੁਐਸਚਨ ਮੈਂ ਕਰਨਾ ਚਾਹੁੰਦਾ ਜੀ, ਇਨਸੀਡੈਂਟ ਯਾਦ ਆਇਆ, ਸੌਰੀ ਟੂ ਇੰਟਰਪਟ, ਜਦੋਂ ਅਜੇ ਵੈਡਿੰਗ ਨਹੀਂ ਵੀ ਹੋਈ ਸੀ ਜਾਂ ਨਵੀਂ ਨਵੀਂ ਜਿਵੇਂ ਹੋਈ ਸੀ, ਉਹ ਸਿਚੁਏਸ਼ਨ ਜਿਹੜਾ ਸਾਰਾ ਟਾਈਮ ਚੱਲ ਰਿਹਾ ਸੀਗਾ ਨਾ, ਤੇ ਜਿੱਥੇ ਵੀ ਜਾਂਦੇ ਸੀਗੇ ਨਾ, ਅਗਰ ਮੈਂ ਔਰ ਮਦਰ ਇਨ ਲਾਅ ਇਕੱਠੇ, ਤਾਂ ਉਹ ਪੁੱਛਦੇ ਸੀਗੇ ਹੁਣ ਨੈਕਸਟ ਪ੍ਰੋਜੈਕਟ ਕਿਹੜਾ ਆ ਰਿਹਾ। ਇੱਕ ਵਾਰ ਨਾ ਮੈਂ ਕਿਤੇ ਬਿਜ਼ੀ ਸੀ, ਸੋ ਉਹਨਾਂ ਨੂੰ ਹੀ ਪੁੱਛ ਲਿਆ, ਮੰਮੀ ਨੂੰ ਹੀ ਪੁੱਛ ਲਿਆ ਕਿ ਕਿਹੜਾ ਆ ਰਿਹਾ, ਤੇ ਉਹ ਇੰਨਾ ਮਤਲਬ ਸ਼ਾਇਰ ਫੀਲ ਕਰਦੇ ਤੇ ਨਾਲ ਉਹ ਥੋੜਾ ਥੋੜਾ ਹੱਸ ਰਹੇ ਨੇ, ਉਹ ਕਹਿੰਦੇ ਜਦੋਂ ਪਰਿਵਾਰ ਵਾਲੇ ਦੇਖਿਆ ਸੀਗਾ ਤਾਂ ਸੱਸ ਕਿਤੇ ਨਾ ਕਿਤੇ ਇਹ ਚੀਜ਼ ਕਦੀ ਆਰਾਮ ਨਾਲ ਦੋ ਚਾਰ ਮਹੀਨੇ ਸਾਲ ਬਾਅਦ ਕਦੀ ਬੈਠੇ ਹੋਏ, ਕਿਉਂਕਿ ਦਿਲ ਦੇ ਅਲਫਾਜ਼ ਉਸ ਟਾਈਮ ਨਿਕਲਣੇ ਅਸੀਂ ਸ਼ੁਰੂ ਹੁੰਦੇ ਆ ਜਦੋਂ ਇਨਸਾਨ ਢਲ ਜਾਂਦਾ, ਤਾਂ ਕਿਤੇ ਨਾ ਕਿਤੇ ਇਹ ਹੀ ਆ। ਤੇਰਾ ਉਹ ਵਾਲਾ ਗਾਣਾ ਬੜਾ ਪਸੰਦ ਸੀਗਾ ਮੈਨੂੰ, ਉੱਥੇ ਤਾਂ ਜ਼ਿਆਦਾ ਕਿਊਟ ਲੱਗੀ ਸੀਗੀ, ਉੱਥੇ ਜ਼ਿਆਦਾ ਸੋਹਣੀ ਲੱਗੀ ਸੀਗੀ, ਵਿਆਹ ਤੋਂ ਪਹਿਲਾਂ ਦੀ ਕੁਛ ਚੀਜ਼ ਆ, ਕੋਈ ਮੈਮਰੀਜ਼ ਜਿਹੜੀ ਸੱਸ ਨੇ ਨੋਟਿਸ ਕੀਤੀਆਂ ਹੁਣ ਤਾਂ ਤੁਹਾਨੂੰ ਦੱਸੀਆਂ ਬਾਅਦ ਚੋਂ। ਹਾਂ, ਕਈ ਵਾਰ ਇੱਦਾਂ ਹੁੰਦਾ ਹੈ ਕਿ ਮੈਨੂੰ ਇੱਦਾਂ ਲੱਗਦਾ ਹੈ ਕਿ ਹਿਊਮਨ ਨੇਚਰ ਵੀ ਹੁੰਦਾ, ਕਈ ਲੋਕ ਨਾ ਘੱਟ ਐਕਸਪ੍ਰੈਸਿਵ ਹੁੰਦੇ ਹੈ, ਤੇ ਮੇਰੇ ਮਦਰ ਇਨ ਲਾਅ ਦਾ ਵੀ ਹੈਗਾ ਇੱਦਾਂ ਦਾ ਨੇਚਰ ਕਿ ਉਹ ਘੱਟ ਐਕਸਪ੍ਰੈਸਿਵ ਨੇ, ਬਟ ਜਦੋਂ ਬਹੁਤ ਜ਼ਿਆਦਾ ਵਾਲਾ ਲਾਡ ਆ ਰਿਹਾ ਹੁੰਦਾ ਨਾ ਕਦੇ ਕਦੇ, ਤਾਂ ਕਹਿ ਦੇਣਾ ਕਿ ਇਹ ਤਾਂ ਮੈਨੂੰ ਬੜੀ ਪਿਆਰੀ ਲੱਗਦੀ ਹੈ, ਜਾਂ ਇਹ ਤਾਂ ਬੜੀ ਕਿਊਟ ਹੈ, ਜਾਂ ਮਤਲਬ ਉਹ ਛੋਟੀ ਛੋਟੀ ਚੀਜ਼ਾਂ ਹੁੰਦੀਆਂ। ਸੋ ਵਧੀਆ ਵਧੀਆ ਚੱਲ ਰਿਹਾ ਸਭ। ਐਂਡ ਕੁੱਗੀ ਬਾਈ, ਲਾਸਟ ਕੁਐਸਚਨ, ਜਿਹੜਾ ਕਿ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਹਾਡੇ ਕੋਲ ਨਾ ਪੁੱਛਾਂ ਤਾਂ ਸ਼ਾਇਦ ਵਾਜਿਬ ਨਹੀਂ ਹੋਣਾ, ਯਾਰੀ ਤੁਹਾਡੀ ਜ਼ਿੰਦਗੀ 'ਚ ਬੜਾ ਵੱਡਾ ਯੋਗਦਾਨ ਰਹੀ ਹੈ, ਕਿਉਂਕਿ ਤੁਸੀਂ ਜਦੋਂ ਵੀ ਗੱਲਬਾਤ ਹੁੰਦੀ ਹੈ ਅਕਸਰ ਜ਼ਿਕਰ ਕੀਤੇ ਨਾ ਕਿਤੇ ਇਮੋਸ਼ਨਲੀ ਕੋਨਵਰਸੇਸ਼ਨ ਚਲੀ ਜਾਂਦੀ ਹੈ, ਕਿਉਂਕਿ ਤੁਸੀਂ ਨਾ ਸ਼ਬਦ ਨੂੰ ਬੜਾ ਅੱਛਾ ਐਕਸਪਲੇਨ ਕਰਦੇ ਹੋ ਮੈਨੂੰ ਇੱਦਾਂ ਲੱਗਦਾ।
ਜ਼ਿੰਦਗੀ 'ਚ ਜਿਹੜੇ ਯਾਰ ਕਲਾਕਾਰ ਸੀਗੇ ਹੁਣ ਉਹ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਬਣਨ ਲੱਗੇ ਨੇ, ਹੈ ਨਾ? ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਯਾਰ ਐਟਲੀਸਟ ਚਲੋ ਗ੍ਰਾਫ ਅੱਛਾ ਜਾ ਰਿਹਾ ਜਾਂ ਇਨਸਾਨ ਤਰੱਕੀ ਕਰ ਰਿਹਾ, ਰਾਦਰ ਦੈਨ ਕੋਈ ਵੀ ਫੀਲਡ ਹੋਵੇ, ਕਿਸੇ ਵੀ ਤਰੀਕੇ ਦੀ ਯੂਨੋ ਥਾਂ ਹੋਵੇ? ਕਰਮਜੀਤ ਭਾਜੀ ਜਿਵੇਂ ਹੁਣ ਵੋਟਾਂ 'ਚ ਖੜੇ ਹੋਏ ਆ, ਹੈ ਨਾ? ਮੈਂ ਗਿੱਪੀ ਭਾਈ ਨਾਲ ਵੀ ਜ਼ਿਕਰ ਕਰਦਾ ਸੀਗਾ, ਕਹਿੰਦੇ ਕਿ ਉਹ ਇੰਡਸਟਰੀ 'ਚ ਜਿਹੜਾ ਵੀ ਕੰਮ ਹੋਣਾ ਸੀ ਕਰਮਜੀਤ ਭਾਈ ਨੂੰ ਕਹਿੰਦੇ ਸੀਗੇ ਵੀ ਚੱਲ ਕਰਮਜੀਤ ਇਹ ਕਰਾ ਦੇ, ਕਰਮਜੀਤ ਉਹ ਕਰਾ ਦੇ, ਤੁਸੀਂ ਇਹ ਚੀਜ਼ ਫੀਲ ਕੀਤੀ ਆ? ਮੈਂ ਸਮਝਦਾ ਕਿ ਜਿਹੜੇ ਬੰਦੇ 'ਚ ਵੀ ਜੋ ਵੀ ਸਕਿੱਲਸ ਹੈਗੇ ਨੇ ਉਹਨਾਂ ਨੂੰ ਐਕਸਪਲੋਰ ਕਰਕੇ ਦੇਖਣੇ ਚਾਹੀਦੇ ਨੇ। ਉਹਦੇ ਮਨ 'ਚ ਮਲਾਲ ਨਹੀਂ ਰਹਿਣਾ ਚਾਹੀਦਾ ਕਿ ਮੈਂ ਆਹ ਵੀ ਕਰ ਸਕਦਾ ਸੀ ਪਰ ਮੈਂ ਕਰਕੇ ਨਹੀਂ ਦੇਖਿਆ। ਤੁਹਾਡੀ ਪੱਤਰਕਾਰੀ ਲਾਈਨ 'ਚੋਂ ਆਪਣਾ ਕਮਰ ਸੰਧੂ ਸਾਹਿਬ, ਯੈਸ, ਪਿਛਲੀ ਵਾਰੀ ਉਹ ਖਰੜ ਤੋਂ MLA ਬਣੇ ਸੀਗੇ, ਹੈ ਨਾ? ਉਹ ਹਾਲਾਂਕਿ ਜਰਨਲਿਸਟ ਨੇ ਅਤੇ ਉਹ ਬਣੇ ਸੀ, ਸੋ ਇੱਦਾਂ ਉਹਨਾਂ ਨੂੰ ਆਪਣੇ ਸਕਿੱਲਸ 'ਤੇ ਪਤਾ ਸੀ ਕਿ ਮੈਂ ਕਰ ਸਕਦਾ, ਉਹਨਾਂ ਨੇ ਟਰਾਈ ਕੀਤਾ। ਇੱਦਾਂ ਹੀ ਬਿਜ਼ਨਸਮੈਨ ਲੋਕ ਨੇ ਕਿੰਨੇ, ਉਹ ਵੀ ਟਰਾਈ ਕਰਦੇ ਨੇ, ਈਵਨ ਟੀਚਰਸ ਜਾਂ ਕਈ ਲੋਕ ਤਾਂ ਮੈਂ ਦੇਖਿਆ ਸਰਕਾਰੀ ਨੌਕਰੀਆਂ ਛੱਡ ਕੇ, ਜਿੱਦਾਂ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਆਪਣੀ IPS ਦੀ ਨੌਕਰੀ ਛੱਡ ਕੇ, ਉਹਨਾਂ ਨੂੰ ਲੱਗਾ ਕਿ ਮੈਂ ਟਰਾਈ ਕਰ ਸਕਦਾ, ਉਹਨਾਂ ਕੀਤਾ ਐਂਡ ਹੀ ਸਕਸੀਡਿਡ। ਅਤੇ ਇੱਦਾਂ ਹੀ ਕਲਾਕਾਰ ਵੀ ਸੋਚਦੇ ਨੇ ਕਿ ਯਾਰ ਇੱਕ ਡਿਫਰੈਂਟ ਚੀਜ਼ ਆ, ਪਰ ਇੱਦਾਂ ਵੀ ਸਾਨੂੰ ਟਰਾਈ ਕਰਕੇ ਦੇਖਣਾ ਚਾਹੀਦਾ। ਤੁਸੀਂ ਜਿਵੇਂ ਐਕਸਪਲੇਨ ਕੀਤਾ ਨਾ, ਓਬਜ਼ਰਵੇਸ਼ਨ ਹੀ ਆ, ਕਿਉਂਕਿ ਤੁਸੀਂ ਵੀ ਬੜੇ ਅੱਛੇ ਬੁਲਾ ਰਹੇ ਹੋ, ਬੜਾ ਅੱਛਾ ਸਮਝਾਉਂਦੇ ਹੋ, ਤੁਹਾਨੂੰ ਚੀਜ਼ਾਂ ਦਾ ਵੀ ਪਤਾ, ਤੁਹਾਨੂੰ ਯੂਨੋ ਪ੍ਰੋਬਲਮਸ ਦਾ ਪਤਾ, ਪ੍ਰੋਬਲਮਸ ਦੇ ਯੂਨੋ ਸੋਲਿਊਸ਼ਨ ਕਿਵੇਂ ਕਰਨੇ ਨੇ ਉਵੇਂ ਦਾ ਵੀ ਪਤਾ। ਮੈਨੂੰ ਇੱਦਾਂ ਲੱਗਦਾ ਕਿ ਤੁਹਾਡੇ ਵਰਗੇ ਵੈਲ ਐਜੂਕੇਟਿਡ ਲੋਕ ਆਉਣੇ ਚਾਹੀਦੇ ਨੇ ਅੱਗੇ, ਮਤਲਬ ਫਿਲਮਾਂ 'ਚ ਨਹੀਂ ਹੋਣੇ ਚਾਹੀਦੇ, ਫਿਲਮਾਂ 'ਚ ਆਉਣੇ ਚਾਹੀਦੇ ਨੇ ਓਬਵੀਅਸਲੀ। ਮੈਂ ਕਹਿੰਦਾ ਪੋਲਿਟਿਕਸ 'ਚ ਆਉਣੇ ਚਾਹੀਦੇ, ਨਹੀਂ ਤੁਸੀਂ ਫਿਲਮਾਂ ਦਾ ਬਹੁਤ ਵੱਡਾ ਪਾਰਟ ਹੋ, ਤੁਸੀਂ ਦੂਰ ਜਾਓਗੇ ਲੋਕ ਤਾਂ ਵੀ ਉਦਾਸ ਹੋਣਗੇ। ਆਈ ਨੋ, ਆਈ ਜੇ ਤੁਸੀਂ ਪੋਲਿਟਿਕਸ 'ਚ ਆਉਂਗੇ ਤਾਂ ਮੈਨੂੰ ਇੱਦਾਂ ਲੱਗਦਾ ਕਿ ਅੱਛੇ ਲੀਡਰਸ ਕਿਤੇ ਨਾ ਕਿਤੇ ਯੂਨੋ ਆਉਣੇ ਚਾਹੀਦੇ ਨੇ। ਤੁਸੀਂ ਆਪ ਇਹ ਚੀਜ਼ ਮੈਨੂੰ ਰੀਅਲ ਨੋਟ 'ਤੇ ਦੱਸੋ। ਕੋਈ ਨਹੀਂ, ਸਮਾਂ ਆਏਗਾ ਜਦੋਂ ਸਭ ਕੁਛ ਕਰਾਂਗੇ ਜੀ, ਕਿਉਂਕਿ ਕਹਿੰਦੇ ਹਮ ਅਭੀ ਸੇ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ। ਮੈਨੂੰ ਲੱਗਦਾ ਕਿ ਹਰ ਚੀਜ਼ ਸਰਪ੍ਰਾਈਜ਼ ਵਾਂਗੂ ਆਉਣੀਆਂ ਵਧੀਆ। ਡੈਫੀਨੇਟਲੀ ਸਰਪ੍ਰਾਈਜ਼ਸ ਹੀ ਅੱਛੇ ਲੱਗਦੇ ਨੇ ਨਾ, ਅਨਾਊਂਸਮੈਂਟਸ ਨਹੀਂ ਅੱਛੀਆਂ ਲੱਗਦੀਆਂ। ਯੈਸ, ਐਂਡ ਮੈਂ ਜਦੋਂ ਇੱਥੇ ਐਂਟਰ ਹੋਇਆ ਨਾ, ਤਨਵੀ ਉੱਥੇ ਬੈਠੇ ਹੋਏ ਸੀਗੇ, ਤਨਵੀ ਦੇ ਚਿਹਰੇ ਦਾ ਗਲੋ ਦੱਸਦਾ ਆ ਕਿ ਇਹ ਫਿਲਮ ਦੀ ਸਕਸੈਸ ਪਾਰਟੀ ਡੈਫੀਨੇਟਲੀ ਕਰਨਗੇ, 100% ਕਰਨਗੇ। ਇਹ ਵੱਖਰੀ ਗੱਲ ਹੈ, ਸਾਨੂੰ ਬੁਲਾਉਣਗੇ ਕਿ ਨਹੀਂ। ਮੈਂ ਹੀ ਆਪਣਾ ਤਾਂ ਪੱਕਾ ਕਰਾਵਾਂ ਪਹਿਲਾਂ, ਮੈਨੂੰ ਤਾਂ ਆਫਕੋਰਸ ਕਹਿਤਾ, ਗੱਲ ਤਾਂ ਹੀ ਛੇੜੀ ਨਾ, ਕਰ ਵੀ ਨਹੀਂ ਸਕਦੇ ਪਾਰਟੀ। ਬਟ ਮੈਨੂੰ ਇੱਦਾਂ ਲੱਗਦਾ ਕਿ ਆਈ ਵਿਸ਼, ਕਿਉਂਕਿ ਮੈਨੂੰ ਐਕਟਰਸ ਵਾਸਤੇ ਡੈਫੀਨੇਟਲੀ, ਸਿਨੇਮਾ ਵਾਸਤੇ ਸਾਨੂੰ ਇੱਦਾਂ ਲੱਗਦਾ ਕਿ ਇੱਦਾਂ ਦੀ ਫਿਲਮਸ ਆਉਣੀਆਂ ਬਹੁਤ ਜ਼ਰੂਰੀ ਨੇ, ਬਿਕੋਜ਼ ਸਾਡਾ ਸਿਨੇਮਾ ਡੇ ਬਾਏ ਡੇ ਗਰੋ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਅਸੀਂ ਦੂਸਰੇ ਸਿਨੇਮਾਜ਼ ਦੇ ਨਾਲ ਕੰਪੀਟੀਸ਼ਨ ਨਾ ਕਰ ਸਕੀਏ। ਅਸੀਂ ਕਹੀਏ ਕਿ ਸਾਡਾ ਸਿਨੇਮਾ ਅੱਜ ਬੈਸਟ ਹੈ ਤਾਂ ਹੈ ਹੀ ਹੈ, ਅੱਗੇ ਜਾ ਕੇ ਹੋਰ ਜ਼ਿਆਦਾ ਬੈਸਟ ਹੋਏ। ਐਂਡ ਥੈਂਕ ਯੂ ਸੋ ਮਚ ਫੋਰ ਦ ਲਵਲੀ ਕਨਵਰਸੇਸ਼ਨ ਗਾਈਸ, ਐਂਡ ਵਿਸ਼ ਯੂ ਆਲ ਦ ਵੈਰੀ ਬੈਸਟ ਫੋਰ ਦ ਨੀਮੇ ਸਾਸਕੁਟਨੀ ਟੂ। ਥੈਂਕ ਯੂ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ, ਥੈਂਕ ਯੂ।